ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਜ਼ੁਰਗੋਂ ਜਾਣਕਾਰੀ ਦੇਣ ਜਾਵਾਂਗੇ ਕਿ ਜੇਕਰ ਤੁਸੀਂ ਵੀ ਬੁਢਾਪਾ ਪੈਨਸ਼ਨ ਲੈ ਰਹੇ ਹੈਗੇ ਹੋ ਤਾਂ ਤੁਹਾਡੇ ਲਈ ਜਿਹੜੀ ਇਹ ਵੀਡੀਓ ਹੈ ਅੰਤ ਤੱਕ ਜੇ ਦੇਖਣੀ ਜਿਹੜੀ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਕਿਉਂਕਿ ਜਿਵੇਂ ਆਪ ਸਭ ਜੀ ਨੂੰ ਪਤਾ ਹੈਗਾ ਕਿ ਬੁਢਾਪਾ ਪੈਨਸ਼ਨ 'ਤੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਨੇ, ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਆ ਰਹੀਆਂ ਹੈਗੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਜੋ ਬੁਢਾਪਾ ਪੈਨਸ਼ਨਾਂ ਨੇ ਉਹਨਾਂ ਦੇ ਅਪਡੇਟ ਜਿਹੜੀ ਆ ਹੋ ਰਹੀ ਆ। ਬਹੁਤ ਸਾਰੇ ਲੋਕਾਂ ਨੇ ਨਵੀਆਂ ਪੈਨਸ਼ਨਾਂ ਅਪਲਾਈ ਕੀਤੀਆਂ ਸੀ, ਬਹੁਤ ਸਾਰੇ ਲੋਕਾਂ ਨੇ ਅਪਲਾਈ ਕਰ ਚੁੱਕੇ ਨੇ ਅਤੇ ਬਹੁਤ ਸਾਰੇ ਲੋਕ ਜਿਹੜੇ ਅਪਲਾਈ ਕਰਨ ਦੇ ਲਈ ਧਰਾ ਤਰ ਫਾਈਲਾਂ ਜਿਹੜੀਆਂ ਨੇ ਸੁਵਿਧਾ ਸੈਂਟਰਾਂ ਵਿੱਚ ਜਮ੍ਹਾਂ ਕਰਵਾ ਰਹੇ ਨੇ ਅਤੇ ਬਹੁਤ ਸਾਰੇ ਲੋਕ ਜਿਹੜੇ ਘੱਟ ਆਮਦਨ ਦੇ ਸਰਟੀਫਿਕੇਟ ਵੀ ਬਣਵਾ ਰਹੇ ਨੇ ਅਤੇ ਬਹੁਤ ਸਾਰੇ ਲੋਕ ਜਿਹੜੇ ਆ ਇਹ ਵੀ ਗੱਲਾਂ ਕਰ ਰਹੇ ਨੇ ਕਿ ਸਾਡੀਆਂ ਪੈਨਸ਼ਨਾਂ ਜਿਹੜੀਆਂ ਘੱਟ ਕਿਉਂ ਹੋ ਗਈਆਂ। ਪੂਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਜੀ। ਸੋ 4 ਤੋਂ 5 ਵਿਸ਼ਿਆਂ 'ਤੇ ਅਸੀਂ ਗੱਲ ਕਰਾਂਗੇ ਇਸ ਵੀਡੀਓ ਵਿੱਚ। ਸੋ ਵੀਡੀਓ ਨੂੰ ਲਾਈਕ ਦੇ ਬਟਨ 'ਤੇ ਕਲਿੱਕ ਕਰਕੇ ਲਾਈਕ ਜ਼ਰੂਰ ਕਰ ਦਿਆ ਕਰੋ, ਕਿਉਂਕਿ ਤੁਹਾਡੇ ਲਈ ਕੀਮਤੀ ਟਾਈਮ ਕੱਢ ਕੇ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਕਿਉਂਕਿ ਦੋਸਤੋ ਇਸ ਸਮੇਂ ਸਾਡੇ ਸੁਵਿਧਾ ਸੈਂਟਰ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਆ ਰਹੇ ਹੈਗੇ ਨੇ, ਠੀਕ ਹੈ ਜੀ। ਸੋ ਜਿਨ੍ਹਾਂ ਦੀਆਂ ਇੱਦਾਂ ਇੱਦਾਂ ਦੀਆਂ ਸਮੱਸਿਆਵਾਂ ਪ੍ਰੋਬਲਮਾਂ ਜਿਹੜੀਆਂ ਨੇ ਸਾਨੂੰ ਸੁਣਨ ਨੂੰ ਮਿਲ ਰਹੀਆਂ ਨੇ, ਲੋਕ ਲੜ ਰਹੇ ਨੇ, ਲੋਕ ਜਿਹੜੀਆਂ ਨੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਹੈਗੇ ਨੇ, ਰਸ਼ ਪਿਆ ਹੋਇਆ ਸੇਵਾ ਕੇਂਦਰਾਂ ਵਿੱਚ ਵੀ। ਸੋ ਤੁਹਾਨੂੰ ਜੋ ਵੀਡੀਓ ਬਣਾਉਣ ਦਾ ਮਹੱਤਵ ਹੈ ਸਾਡਾ ਉਹ ਇਹੀ ਹੈ ਜਾਗਰੂਕ ਕਰਨਾ। ਸੋ ਸਭ ਤੋਂ ਪਹਿਲਾਂ ਅਸੀਂ ਇੱਕ ਵਿਸ਼ੇ 'ਤੇ ਗੱਲ ਕਰਾਂਗੇ ਕਿ ਜੇਕਰ ਤੁਹਾਨੂੰ ਵੀ ਬੁਢਾਪਾ ਪੈਨਸ਼ਨ ਮਿਲ ਰਹੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ, ਵੀਡੀਓ ਨੂੰ ਸਕਿੱਪ ਨਾ ਕਰਿਓ। ਸਭ ਤੋਂ ਪਹਿਲਾ ਕੰਮ, ਜੇਕਰ ਤੁਹਾਨੂੰ ਪੈਨਸ਼ਨ ਮਿਲ ਰਹੀ ਹੈ ਤਾਂ ਤੁਹਾਨੂੰ ਮਿਲਦੀ ਰਹੇਗੀ, ਠੀਕ ਹੈ ਜੀ। ਇਹ ਨਹੀਂ ਹੈਗਾ ਕਿ ਤੁਹਾਡੀ ਪੈਨਸ਼ਨ ਘੱਟ ਦਿੱਤੀ ਜਾਵੇਗੀ। ਦੇਖੋ ਕਿ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਚੱਲੋਗੇ ਤਾਂ ਤੁਸੀਂ ਸਹੀ ਜਿਹੜਾ ਫੈਸਲਾ ਆ ਉਹ ਸਰਕਾਰ ਤੁਹਾਡੇ 'ਤੇ ਲਵੇਗੀ, ਪਰ ਜੇਕਰ ਤੁਸੀਂ ਗਲਤ ਤਰੀਕੇ ਨਾਲ ਚੱਲੋਗੇ ਤਾਂ ਸਰਕਾਰ ਵੀ ਤੁਹਾਡੇ 'ਤੇ ਗਲਤ ਤਰੀਕੇ ਦੇ ਨਾਲ ਹੀ ਕਾਰਵਾਈ ਕਰੇਗੀ। ਪੰਜਾਬ ਦੇ ਵਿੱਚ ਅੱਜ ਵੀ ਦੇਖਣ ਨੂੰ ਮਿਲਿਆ, ਕਿਉਂਕਿ ਸਰਕਾਰ ਨੇ ਜੋ ਬਜਟ ਬਣਾਇਆ ਤੁਹਾਨੂੰ ਦੱਸ ਦਈਏ ਕਿ 180 ਕਰੋੜ ਪਲੱਸ ਲੋਕਾਂ ਦੇ ਖਾਤਿਆਂ ਦੇ ਵਿੱਚ ਸਰਕਾਰੀ ਪੈਨਸ਼ਨ ਦੀਆਂ ਜੋ ਰਾਸ਼ੀਆਂ ਨੇ ਉਹ ਭੇਜੀਆਂ ਗਈਆਂ ਨੇ ਪਿਛਲੇ ਸਾਲਾਂ ਵਿੱਚ। 180 ਕਰੋੜ ਅੱਖ ਨੂੰ ਹੁੰਦਾ, 180 ਕਰੋੜ ਦੀ ਰਾਸ਼ੀ ਜਿਹੜੀ ਹੈ ਉਹਨਾਂ ਖਾਤਿਆਂ ਵਿੱਚ ਚਲੀ ਗਈ ਹੈ ਜਿਨ੍ਹਾਂ ਨੇ ਜਾਅਲੀ ਤਰੀਕਿਆਂ ਦੇ ਨਾਲ ਆਪਣੀਆਂ ਬੁਢਾਪਾ ਪੈਨਸ਼ਨਾਂ ਅਪਲਾਈ ਕੀਤੀਆਂ ਸੀ। ਹੁਣ ਅਸੀਂ ਦੂਸਰੇ ਵਿਸ਼ੇ 'ਤੇ ਗੱਲ ਕਰਦੇ ਹਾਂ ਕਿ ਪੈਨਸ਼ਨਾਂ ਜਿਹੜੀਆਂ ਨੇ ਕਿਹਨਾਂ ਕਿਹਨਾਂ ਦੀਆਂ ਲੱਗ ਸਕਦੀਆਂ ਨੇ। ਦੋਸਤੋ ਦੇਖੋ ਕਿ ਪੈਨਸ਼ਨਾਂ ਉਹਨਾਂ ਬਜ਼ੁਰਗਾਂ ਦੀਆਂ ਲੱਗ ਸਕਦੀਆਂ ਨੇ ਜਿਨ੍ਹਾਂ ਦੀ 60,000 ਤੋਂ ਆਮਦਨ ਘੱਟ ਹੈ, ਜਿਹੜਾ ਨੇ ਪਤੀ ਨੇ ਆਪਣੇ ਜੇ ਫਾਰਮ ਦੇ ਵਿੱਚ 60,000 ਤੋਂ ਵੱਧ ਆਮਦਨੀ ਨਹੀਂ ਕੀਤੀ ਹੈਗੀ। ਜੇ ਫਾਰਮ ਕੋਈ 20,000 ਜਾਂ 10,000 ਜਾਂ 30,000 ਤੱਕ ਬਣਿਆ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਜੋ ਘੱਟ ਆਮਦਨ ਦਾ ਸਰਟੀਫਿਕੇਟ ਹੁੰਦਾ ਉਹ ਜ਼ਰੂਰ ਬਣਵਾ ਲਵੋ, ਕਿਉਂਕਿ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ ਜਦੋਂ ਅਪਲਾਈ ਹੋਵੇਗੀ ਹੁਣ ਉਹਦੇ ਵਿੱਚ 3 ਪਰੂਫ ਜ਼ਰੂਰੀ ਕਰ ਦਿੱਤੇ ਨੇ। ਪਹਿਲਾਂ 2 ਹੁੰਦੇ ਸੀ, ਹੁਣ 3 ਜ਼ਰੂਰੀ ਕਰਦੇ ਨੇ। ਇੱਕ ਤੁਹਾਡਾ ਵੋਟਰ ਕਾਰਡ, ਇੱਕ ਤੁਹਾਡਾ ਆਧਾਰ ਕਾਰਡ, ਇੱਕ ਤੁਹਾਡਾ ਘੱਟ ਆਮਦਨ ਦਾ ਸਰਟੀਫਿਕੇਟ, ਜਿਹਦੇ ਤੋਂ ਸੁਵਿਧਾ ਕੇਂਦਰ ਵਿੱਚ ਸਾਨੂੰ ਪਤਾ ਲੱਗਦਾ ਕਿ ਹਾਂ ਵੀ ਇਸ ਵਿਅਕਤੀ ਦੀ ਆਮਦਨ ਜਿਹੜੀ ਹੈ 60,000 ਤੋਂ ਘੱਟ ਹੈ। ਕਿਉਂਕਿ ਦੋਸਤੋ ਜਿਹੜਾ ਘੱਟ ਆਮਦਨ ਦਾ ਸਰਟੀਫਿਕੇਟ ਹੈ ਉਹ ਤੁਹਾਡਾ ਉਦੋਂ ਹੀ ਬਣੇਗਾ ਜਦੋਂ ਤੁਹਾਡੇ ਪਿੰਡ ਦੇ ਸਰਪੰਚ ਨੇ ਸੈਨ ਕਰਤੇ, ਪਟਵਾਰੀ ਨੇ ਕਰਤੇ, ਗਦੌਰ ਨੇ ਕਰਤੇ। ਤਿੰਨੇ ਇਹ ਜਿਹੜੇ 3 ਵਿਅਕਤੀ ਨੇ ਨਾ, ਇਹ ਜੇਕਰ ਮੋਹਰ ਲਾ ਦਿੰਦੇ ਆ, ਠੱਪਾ ਲਾ ਦਿੰਦੇ ਆ, ਤਾਂ ਤੁਹਾਡਾ ਘੱਟ ਆਮਦਨ ਦਾ ਸਰਟੀਫਿਕੇਟ ਬਣ ਜਾਂਦਾ। ਸੋ ਸੁਵਿਧਾ ਕੇਂਦਰ ਵਾਲੇ ਕਰਮਚਾਰੀਆਂ ਨੂੰ ਵੀ ਪਤਾ ਲੱਗ ਜਾਂਦਾ ਕਿ ਬਈ ਪਟਵਾਰੀ ਨੇ ਸਾਈਨ ਕੀਤੇ ਆ, ਗਦੌਰ ਨੇ ਸਾਈਨ ਕੀਤੇ ਆ, ਪਿੰਡ ਦੇ ਸਰਪੰਚ ਨੇ ਸਾਈਨ ਕੀਤੇ ਆ, ਕੋਈ ਸੋਚ ਸਮਝ ਕੇ ਹੀ ਸਾਈਨ ਕੀਤੇ ਹੋਣਗੇ, ਠੀਕ ਆ। ਕਿਉਂਕਿ ਉਹਨਾਂ 'ਤੇ ਵੀ ਐਕਸ਼ਨ ਆਉਣਾ ਸ਼ੁਰੂ ਹੋ ਗਿਆ, ਸਰਪੰਚ 'ਤੇ ਵੀ ਐਕਸ਼ਨ ਆਉਣਾ ਸ਼ੁਰੂ ਹੋ ਗਿਆ, ਪਟਵਾਰੀ 'ਤੇ ਵੀ ਐਕਸ਼ਨ ਆਉਣਾ ਸ਼ੁਰੂ ਹੋ ਗਿਆ, ਗਦੌਰ 'ਤੇ ਵੀ ਐਕਸ਼ਨ ਆਉਣਾ ਸ਼ੁਰੂ ਹੋ ਗਿਆ ਕਿ ਤੁਸੀਂ ਅਸੀਂ ਕਿੱਥੇ ਸੁੱਤੇ ਸੀ, ਤੁਹਾਨੂੰ ਪਤਾ ਨਹੀਂ ਸੀ ਹੈਗਾ ਕਿ ਇਹ ਵਿਅਕਤੀ ਦੀ ਆਮਦਨ ਜਿਹੜੀ ਆ 60,000 ਤੋਂ ਵੱਧ ਹੈ। ਕਿਸੇ ਦਾ ਬੇਟਾ ਅਮਰੀਕਾ 'ਚ ਬੈਠਾ, ਕਿਸੇ ਦਾ ਕਨੇਡਾ 'ਚ ਬੈਠਾ, ਕਿਸੇ ਦਾ UK 'ਚ ਬੈਠਾ, ਚਲੋ ਹਰ ਇੱਕ ਬੰਦਾ ਆਪਣੀ ਮਿਹਨਤ ਕਰਕੇ ਗਿਆ, ਪਰ ਸਰਕਾਰ ਨੇ ਇਹ ਗੱਲਾਂ ਜਿਹੜੀਆਂ ਨੇ ਨਹੀਂ ਸੋਚੀਆਂ ਹੈਗੀਆਂ, ਠੀਕ ਹੈ ਜੀ।
पर हुण देखो कि बहुत सारे लोग की जिहड़े ने गलत तरीके नाल पेंशनां जिहड़ियां लै रहे ने। हुण असीं गल करदे हैगे आ कि दोस्तों किहनां किहनां दीआं पेंशनां जिहड़ियां कट्टियां गईआं ने, जिन्हां दीआं आमदनां 60,000 तों उपर सी, इक तां उहनां दीआं पेंशनां कट गईआं ने। ते कई बजुर्ग इदां दे भी हैगे सी जिन्हां दे हसबैंड जिहड़े सी गवर्नमेंट जॉब करके रिटायरमेंट आए सी, आर्मी विचों जां BSF विचों जां CRPF विचों, ਉਹ ਵੀ ਪਤੰਦਰ ਆਪਣੀਆਂ ਬੁਢਾਪਾ ਪੈਨਸ਼ਨ ਅਪਲਾਈ ਕਰਕੇ ਬੈਠੇ ਸੀ। ਉਹਨਾਂ ਦੀਆਂ ਵੀ ਪੈਨਸ਼ਨਾਂ ਜਿਹੜੀਆਂ ਸਰਕਾਰ ਨੇ ਘੱਟ ਦਿੱਤੀਆਂ। ਨਾਰਾਜ਼ਗੀ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਹੈ, ਕਿਉਂਕਿ ਦੇਖੋ ਕਿ ਜਿਹੜਾ ਬਜਟ ਆ ਉਹ ਸਾਡੇ ਲੋਕਾਂ ਦੇ ਸਿਰ ਤੇ ਹੀ ਚੱਲਦਾ। ਤੁਸੀਂ ਗਾਣੇ ਵੀ ਸੁਣਦੇ ਹੋ ਕਿ ਸਰਕਾਰਾਂ ਚੱਲਦੀਆਂ ਨੇ ਸਾਡੇ ਸਿਰ ਤੇ, ਉਹ ਸਾਡੇ ਸਿਰ ਤੇ ਚੱਲਦੀਆਂ ਨੇ। ਸਰਕਾਰ ਨੇ ਕਿਹੜੀ, ਪੰਜਾਬ ਸਰਕਾਰ ਨੇ ਕਿਹੜੀ ਮਸ਼ੀਨ ਲਾ ਲਈ ਆ ਨੋਟ ਛਾਪਣ ਵਾਲੀ? ਸੋ ਇਸ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਅੱਖਣਾਂ ਨੇ ਉਹ ਦੋਸਤੋ ਗਲਤ ਤਰੀਕੇ ਜਿਨ੍ਹਾਂ ਨੇ ਅਪਣਾਏ ਸੀ ਉਹਨਾਂ ਦੀਆਂ ਕੱਟੀਆਂ ਗਈਆਂ ਨੇ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਕਿ ਸਾਨੂੰ ਹੁਣ ਕੀ ਕੰਮ ਕਰਨਾ ਚਾਹੀਦਾ। ਜਿਨ੍ਹਾਂ ਨੂੰ ਪੈਨਸ਼ਨਾਂ ਮਿਲ ਰਹੀਆਂ ਨੇ ਹੁਣ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਜੋ 2500 ਗਰੰਟੀ ਆ ਉਹ ਵੀ ਦੇਣੀ ਆ। ਉਹਦੇ ਸੰਬੰਧੀ ਅਜੇ ਤੱਕ ਸੁਵਿਧਾ ਸੈਂਟਰ ਵਿੱਚ ਵੀ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਹੈਗਾ, ਜਦੋਂ ਆਏਗਾ ਤੁਹਾਨੂੰ ਅਸੀਂ ਸ਼ੇਅਰ ਕਰ ਦੇਵਾਂਗੇ, ਠੀਕ ਹੈ। ਸੋ ਹੁਣ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਦੋਸਤੋ ਕਿ ਜੋ ਜਿਨ੍ਹਾਂ ਦੇ ਕੋਲ ਆਮਦਨ ਘੱਟ ਹੈਗੀ ਆ, ਜਿਨ੍ਹਾਂ ਦੇ ਹਸਬੈਂਡ ਵਾਈਫ ਦੀ ਆਮਦਨ ਘੱਟ ਹੈ, ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਡਰਨਾ ਨਹੀਂ ਹੈਗਾ, ਆਪਣਾ ਘੱਟ ਆਮਦਨ ਦਾ ਸਰਟੀਫਿਕੇਟ ਜ਼ਰੂਰ ਬਣਵਾ ਲਵੋ, ਠੀਕ ਹੈ। ਸਰਕਾਰ ਨੇ ਟਾਈਮ ਦੇ ਦਿੱਤਾ ਆ, ਪਰ ਜਿਨ੍ਹਾਂ ਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਨੇ ਉਹ ਸਰਕਾਰ ਨੇ ਪਹਿਲਾਂ ਹੀ ਕਾਰਵਾਈ ਕਰਕੇ ਹੀ ਕੱਟੀਆਂ। ਤੁਹਾਨੂੰ ਪਤਾ ਹੋਏਗਾ ਕਿ ਅੱਜ ਤੋਂ 1-1.5 ਮਹੀਨਾ ਪਹਿਲਾਂ ਪਿੰਡ ਦੀਆਂ ਆਂਗਣਵਾੜੀ ਵਰਕਰਾਂ ਨੇ ਤੁਹਾਡੇ ਕੋਲੋਂ ਪੈਨ ਕਾਰਡ, ਤੁਹਾਡੇ ਕੋਲੋਂ ਆਧਾਰ ਕਾਰਡ ਲਏ ਸੀ, ਫੋਟੋ ਕਾਪੀਆਂ, ਠੀਕ ਹੈ, ਉਹ ਇਹੀ ਕੰਮ ਲਈ ਲਏ ਸੀ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਕਿਹੜੇ ਬਜ਼ੁਰਗ ਜਿਹੜੇ ਨੇ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਜਿਹੜੀਆਂ ਲੈ ਰਹੇ ਨੇ। ਕਿਉਂਕਿ ਤੁਹਾਨੂੰ ਪਤਾ ਹੁਣ ਸਰਕਾਰ ਨੇ 2500-2500 ਦੇਣਾ ਹੈਗਾ। ਸੋ ਪਹਿਲਾਂ ਸਰਕਾਰ ਕਾਰਵਾਈ ਕਰੇਗੀ ਕਿ ਕਿਹੜਾ ਵਿਅਕਤੀ ਸਹੀ ਹੈਗਾ, ਉਸ ਨੂੰ ਹੀ ਪੈਸੇ ਸਰਕਾਰ ਦੇਵੇਗੀ। ਸੋ ਇਹ ਸੀ ਦੋਸਤੋ ਸਾਡਾ ਅੱਜ ਦਾ ਵੀਡੀਓ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ, ਕੁਝ ਗੱਲਾਂ ਕੌੜੀਆਂ ਵੀ ਲੱਗੀਆਂ ਹੋਣਗੀਆਂ ਕਿਸੇ ਨੂੰ, ਪਰ ਸਾਡਾ ਕੰਮ ਹੈ ਜੀ ਤੁਹਾਨੂੰ ਜਾਗਰੂਕ ਕਰਨਾ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇੱਕ ਦੂਜੇ ਨੂੰ ਗੁੰਮਰਾਹ ਕਰ ਰਹੇ ਨੇ, ਗੁੰਮਰਾਹ ਨਾ ਹੋਵੋ। ਸਾਡਾ ਕੰਮ ਹੈ ਤੁਹਾਨੂੰ ਸਹੀ ਅਤੇ ਸਪਸ਼ਟ ਜਾਣਕਾਰੀ ਦੇਣਾ। ਕਈ ਵੀਰ ਹੈਗੇ ਨੇ ਇੱਦਾਂ ਦੇ ਜਿਹੜੇ ਕਿ ਸਾਨੂੰ ਗਲਤ ਕਮੈਂਟ ਕਰਦੇ ਨੇ, ਬਾਈ ਦੇਖੋ ਕਿ ਆਪਣਾ ਕੰਮ ਜਿਹੜਾ ਹੈਗਾ ਆ ਆਪਾਂ ਵੀਡੀਓ ਬਣਾਉਂਦੇ ਹਾਂ, ਸਾਡੀਆਂ ਵੀਡੀਓ ਲੰਮੀਆਂ ਜ਼ਰੂਰ ਹੁੰਦੀਆਂ ਨੇ, ਪਰ ਅਸੀਂ ਇਹ ਨਹੀਂ ਹੈਗਾ ਕਿ ਆਪਾਂ ਛੇਤੀ ਛੇਤੀ ਵੀਡੀਓ ਬਣਾ ਕੇ ਦੱਸ ਦਈਏ ਕਿਸੇ ਨੂੰ ਪਤਾ ਹੀ ਨਾ ਲੱਗੇ, ਠੀਕ ਹੈ। ਸੋ ਸਾਡਾ ਮੇਨ ਮੋਟਿਵ ਇਹੀ ਹੈ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਰਹੇ ਹਾਂ। ਜਿਨ੍ਹਾਂ ਦੀਆਂ ਅੱਜ ਤੋਂ ਮਹੀਨਾ ਇੱਕ ਪਹਿਲਾਂ ਆਪਾਂ PM ਕਿਸਾਨ ਦੇ ਬਾਰੇ ਵੀਡੀਓ ਪਾਈਆਂ ਸੀ, ਬਹੁਤ ਸਾਰੇ ਵੀਰਾਂ ਦੇ ਕਮੈਂਟ ਆਏ ਕਿ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। WhatsApp ਤੇ SMS ਵੀ ਆਏ ਕਿ ਸਾਨੂੰ ਜੀ 2-2 ਹਜ਼ਾਰ ਰੁਪਏ ਦੀ ਕਿਸ਼ਤ ਆ ਗਈ ਆ, ਸਾਡੇ ਲੈਂਡ ਸੀਡਿੰਗ ਦੇ ਸਟੇਟਸ ਨੂੰ ਆ ਰਹੇ ਸੀ ਜੋ ਤੁਸੀਂ ਕਿਹਾ ਵੀਡੀਓ ਵਿੱਚ, ਅਸੀਂ ਉਹ ਕੰਮ ਕੀਤਾ ਅਤੇ ਸਾਨੂੰ 2-2 ਹਜ਼ਾਰ ਰੁਪਏ ਆ ਗਏ ਨੇ। ਸੋ ਇਸੇ ਕਰਕੇ ਆਪਾਂ ਤੁਹਾਨੂੰ ਜਾਗਰੂਕ ਕਰ ਰਹੇ ਹਾਂ, ਕਿਉਂਕਿ ਸਰਕਾਰਾਂ ਜਿਹੜੀਆਂ ਨੇ ਬਹੁਤ ਵਧੀਆ ਸਹੂਲਤਾਂ ਦਿੰਦੀਆਂ ਨੇ, ਪਰ ਸਹੂਲਤ ਲੈਣ ਵਾਲੇ ਬੰਦੇ ਜਿਹੜੇ ਨੇ ਉਹ ਸਹੀ ਹੋਣੇ ਚਾਹੀਦੇ ਨੇ। ਧੰਨਵਾਦ।